ਬੀਬਾ ਜੀ, ਭਗਵੰਤ ਮਾਨ ਸਰਕਾਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹੋ? ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕਿਹੜਾ ਵਰਗ ਹੈਗਾ ਜਿਹੜੇ ਪੰਜਾਬ ਦੇ ਕਿਸੇ ਕੋਨੇ 'ਚ ਧਰਨੇ 'ਚ ਨਹੀਂ ਬੈਠਿਆ ਹੋਇਆ ਹੈ। ਹਕੀਕਤ ਆ ਹੈਗੀ ਕਿ ਜਿੰਨੀ ਗਰੰਟੀਆਂ ਇਹਨਾਂ ਝੂਠੀ ਸਰਕਾਰ ਨੇ ਦਿੱਤੀ ਸੀ ਉਹ ਸਾਰਿਆਂ ਤੋਂ ਮੁੱਕਰ ਗਈ ਹੈ। ਤੁਸੀਂ ਐਕਸਪਾਈਸ ਪਾਲਿਸੀ ਦੀ ਗੱਲ ਕਰ ਰਹੇ ਹੋ, ਅੱਜ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਆਮਦਨ ਨੂੰ ਲੁੱਟ ਕੇ ਇਹ ਖਾਨ ਦਾ ਕੰਮ ਕਰ ਰਹੀ ਹੈ। ਜਿਹੜੀ ਐਕਸਾਈਜ਼ ਪਾਲਿਸੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਬਣਾਈ ਸੀ, ਦੋ ਬੰਦਿਆਂ ਨੂੰ ਪੂਰਾ ਦਿੱਲੀ ਦੀ ਸ਼ਰਾਬ ਦਾ ਪੂਰਾ ਠੇਕਾ ਦੇ ਕੇ ਉਹੀ ਐਕਸਾਈਜ਼ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਗਈ। ਉਹਨਾਂ ਹੀ ਦੋ ਬੰਦਿਆਂ ਨੂੰ ਸਾਰੇ ਪੰਜਾਬ 'ਚ ਜਿੱਥੇ ਪੰਜਾਬ ਦੇ ਲੋਕ ਆਪਣੇ ਆਪ 'ਤੇ ਪਾ ਕੇ ਛੋਟਾ ਛੋਟਾ ਹਿੱਸਾ ਐਕਸਾਈਜ਼ ਕਰਦੇ ਸੀ, ਉਹ ਸਾਰੇ ਦੋ ਬੰਦਿਆਂ ਦਿੱਲੀ ਦੇ ਬੰਦਿਆਂ ਨੂੰ ਦੇ ਦਿੱਤੀ ਗਈ। ਅਤੇ ਮੋਟੇ ਪੈਸਿਆਂ ਦਾ ਲੈਣ ਦੇਣ ਹੋਇਆ, ਘੱਟ ਤੋਂ ਘੱਟ 500-600 ਕਰੋੜ ਦਾ ਲੈਣ ਦੇਣ ਹੋ ਕੇ ਪੰਜਾਬ ਦੇ ਖਜ਼ਾਨੇ ਨੂੰ ਠੱਗੀ ਮਾਰੀ ਗਈ। ਪੰਜਾਬ ਦੇ ਲੋਕਾਂ ਦੇ ਪੈਸੇ ਇਹ ਕੇਜਰੀਵਾਲ ਸਰਕਾਰ ਅਤੇ ਭਗਵੰਤ ਮਾਨ ਨੇ ਪੰਜਾਬ ਦਾ ਹੱਕ ਵੇਚਤਾ ਅਤੇ ਬਿਲਕੁਲ ਧਰਨੇ ਤਾਂ ਕੀ ਅੱਜ ਇਹਨਾਂ ਇਸ ਸਰਕਾਰ ਦੇ ਖਿਲਾਫ਼ ਜਿਵੇਂ ਮਨੋਜ ਸਿਸੋਦੀਆ ਅੰਦਰ ਹੋਇਆ ਹੈ, ਫਿਰ ਕਿਉਂ ਭਗਵੰਤ ਮਾਨ ਦੀ ਸਰਕਾਰ ਕਿਉਂ ਅੰਦਰ ਨਹੀਂ ਹੋਈ? ਕਿਉਂਕਿ ਉਹਨਾਂ ਹੀ ਬੰਦਿਆਂ ਦੀ ਪਾਲਿਸੀ ਇੱਥੇ ਵੀ ਲਾਗੂ ਹੋਈ ਹੈ। ਮੈਂ ਬਾਦਲ ਸਾਹਿਬ ਦਾ ਨਾਮ ਐਫਆਈਆਰ ਮੈਂ ਆਇਆ ਬੈਬਲ ਕਲਾਂ ਕੋਈ ਕਾਂਡ ਖੋਲੀ ਕਾਂਡ ਕੋਈ ਨਹੀਂ ਉਸਕੇ ਬਾਰੇ ਮੰਡਲ ਰਹੇ ਹੋ ਜੀ। ਸੋ ਯਹੀ ਤੋ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਬਦਲਾਖੋਰੀ ਹੁੰਦੀ ਹੈ, ਕਾਨੂੰਨ ਵਿਵਸਥਾ ਦੇ ਨਾਲ ਕੋਈ ਮਤਲਬ ਨਹੀਂ। ਅੱਜ ਜਿੱਥੇ ਪੰਜਾਬ ਦੇ ਥਾਣਿਆਂ ਦੇ ਉੱਤੇ ਕਬਜ਼ੇ ਹੋ ਰਹੇ ਨੇ, ਪੁਲਿਸ ਦਾ ਸਿਰ ਪਾੜਿਆ ਜਾ ਰਿਹਾ ਹੈ, ਲੇਕਿਨ 10 ਦਿਨਾਂ ਬਾਅਦ ਵੀ ਉਹਨਾਂ ਨੂੰ ਤਾਂ ਹੱਥ ਤਾਂ ਹੀ ਨਹੀਂ ਲਾਇਆ ਜਾ ਰਿਹਾ। ਦੂਜੇ ਪਾਸੇ 8 ਸਾਲ ਪੁਰਾਣਾ ਕੇਸ ਜਿੱਥੇ ਇੱਕ ਬੰਦੇ ਦੀ ਲੱਤ 'ਚ ਗੋਲੀ ਵੱਜੀ ਸੀ, ਕੋਈ ਮਰਿਆ ਵੀ ਨਹੀਂ, ਇੱਕ ਬੰਦੇ ਦੀ ਗੋਲੀ ਲੱਤ 'ਚ 8 ਸਾਲ ਪਹਿਲੇ। ਹੁਣ ਉੱਥੇ ਮੁੱਖ ਮੰਤਰੀ, ਹੋਮ ਮਿਨਿਸਟਰ, DGP, IG, SSP, ਥਾਣੇਦਾਰ ਸਮੇ ਸਾਰਿਆਂ ਨੂੰ ਉਹਦੇ ਵਿੱਚ ਚਲਾਨ ਪਾ ਕੇ ਉਹਨਾਂ ਦੇ ਖਿਲਾਫ ਤਾਂ ਪਰਚੇ ਦਰਜ ਹੋ ਰਹੇ ਨੇ, ਤੇ ਕਾਨੂੰਨ ਵਿਵਸਥਾ ਜਿਹੜਾ ਵਿਗਾੜ ਰਿਹਾ ਉਹਨਾਂ ਨੂੰ ਹੱਥ ਤਾਂ ਹੀ ਨਹੀਂ ਲਾ ਰਹੇ। ਸੋ ਇਹ ਤਾਂ ਇਹ ਸਰਕਾਰ ਦੀ ਨੀਤੀ ਹੈਗੀ ਕਿ ਕਾਨੂੰਨ ਵਿਵਸਥਾ ਫਿਰ ਦੀ ਧਜੀਆਂ ਨਹੀਂ ਉੜਨਗੀਆਂ ਤਾਂ ਕੀ ਹੋਊਗਾ? ਕਿਉਂਕਿ ਪੁਲਿਸ ਨੂੰ ਅੱਜ ਕੁੱਟਮਾਰ ਹੋ ਰਹੀ ਹੈ ਤਾਂ ਲੋਕਾਂ ਨੂੰ ਬਚਾਉਣ ਵਾਲਾ ਕੌਣ? ਦੇਖੋ, ਭਗਵੰਤ ਮਾਨ ਨੇ, ਮੁੱਖ ਮੰਤਰੀ ਨੇ ਖੁਦ ਹੀ ਐਕਸੈਪਟ ਕਰ ਲਿਆ ਕਿ ਮੇਰੇ ਹੱਥ ਖੜੇ ਨੇ, ਮੈਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ 'ਚ ਪੂਰੀ ਤਰ੍ਹਾਂ ਅਸਮਰਥ ਹਾਂ। ਜਦ ਇਹ ਮੁੱਖ ਮੰਤਰੀ ਬਣਿਆ ਸੀ ਜਾ ਕੇ ਅੱਧਾ ਪੰਜਾਬ ਜਾ ਕੇ ਹੋਮ ਮਿਨਿਸਟਰ ਦੇ ਹਵਾਲੇ BSF ਦੇ ਦਾਰੇ ਕਰ ਗਿਆ, ਤੇ ਹੁਣ ਜਾ ਕੇ ਸੈਂਟਰਲ ਫੋਰਸਿਸ ਮੰਗ ਕੇ ਇਹਨੇ ਐਡਮਿਟ ਕਰਤਾ ਕਿ ਮੇਰੀ ਪੁਲਿਸ ਵੀ ਮੈਂ ਫੇਲ ਕਰਦੀ, ਮੈਂ ਆਪ ਵੀ ਫੇਲ ਹਾਂ, ਤੁਸੀਂ ਪੰਜਾਬ ਨੂੰ ਆਪਣੇ ਹੱਥ 'ਚ ਕਰ ਲਓ। ਹੁਣ ਦੇਖਦੇ ਹਾਂ ਕਿ ਇਹਨਾਂ ਦੇ ਨਾਲ